एक कहिंदे भाई कोई समान वाला कांड जिहा हैगा उहदे च एक सियासतदान का भी नाम आ रहा है। नहीं सर, ये की है कि एक ਵਵਿੰਦਰ ਮਹਾਜਨ ਨਾਂ ਦੇ ਡੀਐਸਪੀ ਦੀ ਅਸੀਂ ਇੱਕ ਦਿਨ ਖਬਰ ਕੀਤੀ ਸੀ, ਅੰਮ੍ਰਿਤਸਰ ਉਹਦੇ ਘਰ ਰੇਡ ਹੋਈ ਸੀਗੀ। ਜੀ ਉਹ ਤੋਂ ਬਾਅਦ ਉਹ ਹਾਈ ਕੋਰਟ ਚਲਾ ਗਿਆ ਤੇ ਕਮਾਲ ਦੀ ਗੱਲ ਹੈ ਕਿ ਹਾਈ ਕੋਰਟ ਨੇ ਸੀਬੀਆਈ ਨੂੰ ਪੜਤਾਲ ਦੇ ਦਿੱਤੀ ਆ। ਸੀਬੀਆਈ ਨੂੰ ਪੜਤਾਲ ਦੇਣ ਉਪਰੰਤ ਕੋਰਟ ਨੇ ਇਹ ਵੀ ਡਾਇਰੈਕਸ਼ਨਸ ਕੀਤੀਆਂ ਨੇ ਕਿ ਪੰਜਾਬ ਸਰਕਾਰ ਸੀਬੀਆਈ ਨੂੰ ਜੋ ਵੀ ਇਨਫਰਾਸਟ੍ਰਕਚਰ ਜਾਂ ਜੋ ਵੀ ਹੈਲਪ ਚਾਹੀਦੀ ਆ ਜੀ ਪੰਜਾਬ ਸਰਕਾਰ ਕਰੇ। ਉਸ ਡੀਐਸਪੀ ਜਿਹਨੂੰ ਪੁਲਿਸ ਲੱਭਦੀ ਫਿਰਦੀ ਆ ਉਹਨੇ ਹਾਈ ਕੋਰਟ 'ਚ ਜਾ ਕੇ ਆਖਿਆ ਕਿ ਬੱਦੀ ਦੇ ਵਿੱਚ ਇੱਕ ਫੈਕਟਰੀ 'ਚ 7 ਮਹੀਨਿਆਂ 'ਚ 20 ਕਰੋੜ ਗੋਲੀਆਂ ਬਣੀਆਂ। ਉਹ ਗੋਲੀਆਂ ਪੰਜਾਬ ਹੀ ਨਹੀਂ ਯੂਪੀ ਮਹਾਰਾਸ਼ਟਰ ਤੱਕ ਕਲਾਈਆਂ ਗਈਆਂ। ਜੀ ਜੀ, ਪੰਚਕੂਲੇ ਇੱਕ ਗੋਦਾਮ ਬਣਿਆ ਸੀ। ਅਸੀਂ ਡਰੱਗ ਕੰਟਰੋਲਰ ਨੂੰ ਲਿਖਿਆ ਕਿ ਬਾਈ ਇਹਨਾਂ ਦਾ ਲਾਇਸੈਂਸ ਕੈਂਸਲ ਕਰ, ਕੁਝ ਨਹੀਂ ਹੋਇਆ। ਉਸ ਤੋਂ ਬਾਅਦ ਕਹਿ ਲਓ ਕਿ ਇਸੇ ਕੇਸ ਦੇ ਵਿੱਚ ਕਿ ਇੱਕ ਵਿਅਕਤੀ ਐਸਾ, ਮਤਲਬ ਕਿ ਜਦੋਂ ਤਫਤੀਸ਼ ਅੱਗੇ ਤੋਰੀ ਜੀ ਬਈ, ਐਸਾ ਵਿਅਕਤੀ ਵੀ ਕਿਤੇ ਨਾ ਕਿਤੇ ਸ਼ਾਮਿਲ ਸੀ ਜਿਹੜਾ ਸੱਤਾਧਾਰੀਆਂ ਦੀ ਸਟੇਜਾਂ 'ਤੇ ਅਕਸਰ ਜੀ ਕਹਿ ਲਓ ਕਿ ਦਿਖਾਈ ਦਿੰਦਾ ਸੀ, ਦਿਖਾਈ ਦਿੰਦਾ ਸੀ, ਇਹਨਾਂ ਦੀਆਂ ਸਟੇਜਾਂ ਸਾਂਝੀਆਂ ਸੀ। ਉਹ ਕਹਿੰਦੇ ਕਿ ਜਿਵੇਂ ਹੀ ਨਾਂ ਮੈਂ ਲਿਆ ਕਿ ਇਹ ਬੰਦਾ ਵੀ ਇਨਵੋਲਵ ਆ, ਤਿਵੇਂ ਹੀ ਨਾਲ ਦੀ ਨਾਲ ਮੈਨੂੰ ਬਦਲ ਦਿੱਤਾ ਗਿਆ, ਤਬਾਦਲਾ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਐਸ ਟੀ ਐਫ 'ਚੋਂ ਤਬਾਦਲਾ ਹੋਇਆ ਜੀ ਅਤੇ ਨਾਲ ਦੀ ਨਾਲ ਫਿਰ ਮੁੜ ਕੇ ਮੈਨੂੰ ਇਹਨਾਂ ਨੇ ਬਈ ਇਸ ਮਾਮਲੇ ਦੇ ਵਿੱਚ ਵੀ ਪਾਤਾ। ਸੋ ਹਾਈ ਕੋਰਟ ਨੇ ਇਹਦਾ ਬਹੁਤ ਵੱਡੇ ਪੱਧਰ 'ਤੇ ਕਹਿ ਲਓ ਸੰਗਿਆਨ ਲਿਆ, ਨੋਟਿਸ ਲਿਆ ਜੀ ਅਤੇ ਨਾਲ ਦੀ ਨਾਲ ਸੀ ਬੀ ਆਈ ਨੂੰ ਜਾਂਚ ਚਲੇ ਗਈ। ਪੰਜਾਬ ਸਰਕਾਰ ਇੱਥੇ ਵੀ ਮੇਰੇ ਖਿਆਲ ਦੇ ਨਾਲ ਕਸੂਤੀ ਫਸ ਸਕਦੀ ਹੈ, ਫਸ ਸਕਦੀ ਹੈ, ਬਿਲਕੁਲ ਮਾਰ ਤੇ ਮਾਰ ਪੈਂਦੀ ਹੈ ਜੀ। ਜਿਹੜੇ ਪਟੀਸ਼ਨ ਦੇ ਉਹ ਤਗੜੇ ਤਦੇ ਸੀ ਬੀ ਆਈ ਨੂੰ ਜਾਂਚ ਦੇ ਦਿੱਤੀ ਗਈ ਸੀ ਜੀ।